ਚੋਣਾਂ ਵਿੱਚ ਹਾਰ ਤੋਂ ਬਾਅਦ ਈਵੀਐਮ ਮਸ਼ੀਨ ਤੇ ਕਈ ਸਵਾਲ ਖੜੇ ਹੁੰਦੇ ਰਹੇ ਨੇ, ਜਿਸ ਵਿੱਚ ਹਾਲ ਹੀ ਵਿੱਚ ਦਿੱਲੀ ਐਮਸੀਡੀ ਚੋਣ ਵਿੱਚ ਆਪ ਪਾਰਟੀ ਨੇ ਜੰਮ ਕੇ ਇਸ ਦਾ ਵਿਰੋਧ ਕੀਤਾ ਤੇ ਨਾਲ ਹੀ ਯੂਪੀ ਚੋਣ ਵਿੱਚ ਈਵੀਐਮ ਮਸ਼ੀਨ ਤੇ ਸਵਾਲ ਉੱਠੇ। ਇਸ ਤੇ ਚੋਣ ਆਯੋਗ ਪਹਿਲਾਂ ਹੀ ਈਵੀਐਮ ਮਸ਼ੀਨ ਨੂੰ ਲੈ ਕੇ ਚੁਣੌਤੀ ਦੇ ਚੁੱਕਿਆ, ਇਸ ਦੀ ਛੇੜਛਾੜ ਸਾਬਿਤ ਕੀਤੀ ਜਾਏ। ਉੱਥੇ ਹੀ ਚੋਣਾਂ ਉੱਤੇ ਹੋ ਰਹੀ ਸਮੀਖਿਆ ਦਰਮਿਆਨ ਮੁੱਖ ਤੌਰ ਤੇ ਸ਼ਾਮਿਲ ਹੋਏ ਮੁੱਖ ਚੋਣ ਆਯੁਕਤ ਨਾਜ਼ਿਮ ਜ਼ੈਦੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਾਰੇ ਰਾਜਨੀਤਿਕ ਦਲਾਂ ਦੀ ਸਰਬਦਲੀ ਬੈਠਕ ਬੁਲਾਈ ਗਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਈਵੀਐਮ ਮਸ਼ੀਨ ਦੇ ਨਾਲ ਵੀਵੀਪੈਟ ਮਸ਼ੀਨ ਦਾ ਇਸਤੇਮਾਲ ਹੋਏਗਾ, ਜਿਸ ਵਿੱਚ ਵੋਟ ਦੇਣ ਦੇ ਨਾਲ ਵੋਟਰ ਨੂੰ ਪਰਚੀ ਦੇ ਰਸਤੇ ਪਤਾ ਲੱਗ ਜਾਏਗਾ ਕਿ ਜਿਸ ਨੂੰ ਉਸਨੇ ਵੋਟ ਪਾਈ ਹੈ ਕੀ ਉਸ ਨੂੰ ਹੀ ਵੋਟ ਮਿਲੀ ਹੈ। ਇੱਕ ਆਲ ਪਾਰਟੀ ਮੀਟਿੰਗ ਕਰਾਂਗੇ, ਜਿਸ ਵਿੱਚ ਈਵੀਐਮ ਦੇ ਬਾਰੇ ਵਿੱਚ ਉਹਨਾਂ ਨੂੰ ਬਤਾਇਆ ਜਾਏਗਾ ਕਿ ਕਿਸ ਪ੍ਰਕਾਰ ਸੇ ਹਮਾਰੀ ਈਵੀਐਮ ਨਾਨ ਟੈਂਪਰੇਬਲ ਹੈ, ਸਿਕਿਉਰਡ ਹੈ ਹਮਾਰੇ ਐਡਮਿਨਿਸਟ੍ਰੇਟਿਵ ਔਰ ਟੈਕਨੀਕਲ ਸੇਫਗਾਰਡਸ ਕੇ ਅੰਤਰਗਤ, ਔਰ ਦੂਸਰਾ ਇੱਕ ਚੈਲੇਂਜ ਕੇ ਬਾਰੇ ਮੇਂ ਵੀ ਇਲੈਕਸ਼ਨ ਕਮਿਸ਼ਨ ਪਲਾਨ ਕਰ ਰਹੇ ਹੈ, ਇਨਕਾ ਟਾਈਮ ਟੇਬਲ ਅਭੀ ਵਰਕਆਊਟ ਹੋ ਰਹਾ ਹੈ। ਮੇਰੇ ਖਿਆਲ ਮੇਂ ਭਾਰਤ ਪਹਿਲਾ ਦੇਸ਼ ਹੋਗਾ ਜਹਾਂ ਪੇ ਸ਼ਤ ਪ੍ਰਤੀਸ਼ਤ ਵੀਵੀਪੈਟਸ ਯਾਨੀ ਕਿ ਪੇਪਰ ਆਡਿਟ ਟ੍ਰੇਲ ਕਾ ਇਸਤੇਮਾਲ ਹਰ ਪੋਲਿੰਗ ਸਟੇਸ਼ਨ ਪਰ ਕੀਆ ਜਾਏਗਾ, ਔਰ ਐਸਾ ਕਰਨਾ ਮੇਰੇ ਖਿਆਲ ਮੇਂ ਵੋਟਰਸ ਕੇ ਕਾਨਫੀਡੈਂਸ ਕੋ ਔਰ ਵੀ ਬੜਾਵਾ ਦੇ